ਕੁਦਰਤੀ ਕਾਰਨਾਂ ਕਰਕੇ ਆਮ ਬੱਚਿਆਂ ਤੋਂ ਵੱਖਰੇ ਨਾਮ ਨਾਲ ਜਾਣੇ ਜਾਂਦੇ ਗੂੰਗੇ ਅਤੇ ਬੌਲੇ ਬੱਚਿਆਂ ਨੂੰ ਕਿਤੇ ਇਹ ਅਹਿਸਾਸ ਨਾ ਹੋਵੇ ਕਿ ਉਹ ਸਮਾਜ ਨਾਲੋਂ ਵੱਖਰੇ ਨੇ ਅਤੇ ਸਮਾਜ ਵੱਲੋਂ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਲਈ ਖੁਦ ਰੂਪਨਗਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਜੀਤ ਸਿੰਘ ਅਤੇ CGM ਕਮ ਸਕੱਤਰ ਹਰਸਿਮਰਨਜੀਤ ਸਿੰਘ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਪ੍ਰਕਾਸ਼ ਮੈਮੋਰੀਅਲ ਸਕੂਲ ਸ਼ਾਮਪੁਰਾ ਵਿਖੇ ਗੂੰਗੇ ਬੋਲੇ ਬੱਚਿਆਂ ਦੇ ਨਾਲ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ DJ ਉੱਤੇ ਦੋਵੇਂ ਜੱਜ ਸਾਹਿਬਾਨਾਂ ਵੱਲੋਂ ਬੱਚਿਆਂ ਨਾਲ ਭੰਗੜਾ ਪਾ ਕੇ ਬੱਚਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ। ਇਸ ਤੋਂ ਬਾਅਦ ਜੱਜਾਂ ਵੱਲੋਂ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦਾ ਖਾਸ ਤੋਹਫ਼ਾ ਮੂੰਗਫਲੀ ਅਤੇ ਰਿਉੜੀਆਂ ਦੇ ਨਾਲ ਫਲ ਫਰੂਟ ਵੀ ਵੰਡੇ ਅਤੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਨਾਲ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਅੱਜ ਅਸੀਂ ਪ੍ਰਕਾਸ਼ ਮੈਮੋਰੀਅਲ ਸਕੂਲ ਹੈ ਜੋ ਕਿ ਬੱਚੇ ਜਿਹੜੇ ਸਪੈਸ਼ਲੀ ਏਬਲਡ ਬੱਚੇ ਨੇ ਜਿਨ੍ਹਾਂ ਨੂੰ MR ਹੈ ਜਾਂ ਹੋਰ ਕੋਈ ਮੈਂਟਲ ਡਿਸਬਿਲਿਟੀ ਹੈ, ਤਕਰੀਬਨ ਉਰੇ 80 to 100 ਬੱਚਾ ਹੈ ਇਸ ਇੰਸਟੀਟਿਊਸ਼ਨ ਵਿੱਚ। ਸਾਡੇ ਚੇਅਰਪਰਸਨ ਪਰਮਜੀਤ ਸਿੰਘ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੂਪਨਗਰ ਉਚੇਚੇ ਤੌਰ 'ਤੇ ਪਹੁੰਚੇ ਅੱਜ ਅਤੇ ਅਸੀਂ ਇਹ ਲੋਹੜੀ ਦਾ ਫੰਕਸ਼ਨ ਇਹਨਾਂ ਨਾਲ ਮਨਾਇਆ। ਬੱਚੇ ਬਹੁਤ ਖੁਸ਼ ਹੋਏ ਨੇ। ਇਹ ਲੋਹੜੀ ਦਾ ਇੱਕ ਇਹੋ ਜਿਹਾ ਤਿਉਹਾਰ ਹੈ ਖੁਸ਼ੀਆਂ ਅਤੇ ਖੇੜਿਆਂ ਦਾ ਹੈ। ਬੱਚਿਆਂ ਨੇ ਪਰਫੋਰਮੈਂਸਿਸ ਵੀ ਕੀਤੀਆਂ ਅਤੇ ਬੱਚਿਆਂ ਨੂੰ ਅਸੀਂ ਆਪਣੇ ਵੱਲੋਂ ਜੋ ਜੋ ਵੀ ਤਿਉਹਾਰ ਦੇ ਲੈ ਕੇ ਆਏ ਸੀਗੇ, ਮੂੰਗਫਲੀਆਂ, ਕੱਚਾ ਗਾਦ, ਅਸੀਂ ਸਾਰੀਆਂ ਵੰਡੀਆਂ, ਫਰੂਟਸ ਲੈ ਕੇ ਆਏ ਅਤੇ ਹੁਣ ਇਹਨਾਂ ਲਈ ਸਮੋਸੇ ਮੰਗਵਾਏ ਹਨ। ਅਤੇ ਸਾਨੂੰ ਇਹੀ ਹੈ ਕਿ ਇਹ ਸੁਸਾਇਟੀ 'ਚ ਇਹ ਨਾ ਫੀਲ ਕਰਨ ਕਿ ਅਸੀਂ ਆਈਸੋਲੇਟਡ ਹੋ ਗਏ ਹਾਂ ਜਾਂ ਅਸੀਂ ਇਕੱਲੇ ਰਹਿ ਗਏ ਹਾਂ। ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨਾਲ ਕੋਈ ਨਾ ਕੋਈ ਫੰਕਸ਼ਨ ਜ਼ਰੂਰ ਮਨਾਉਂਦੇ ਰਹੀਏ ਤਾਂ ਜੋ ਇਹਨਾਂ ਨੂੰ ਸਹਿਯੋਗ ਮਿਲ ਸਕੇ ਤਾਂ ਅਤੇ ਬਹੁਤ ਖੁਸ਼ੀ ਮਹਿਸੂਸ ਕਰ ਸਕਣ। ਅਤੇ ਅੱਜ ਇਸ ਮੁਬਾਰਕ ਮੌਕੇ 'ਤੇ ਲੋਹੜੀ ਦੇ ਫੰਕਸ਼ਨ ਅਸੀਂ ਇਹਨਾਂ ਨਾਲ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ। ਮੱਲਾ